ਸਾਹਿਬ ਜੀ ਕੀ ਫਤਿਹ। ਬਹੁਤ ਧੰਨਵਾਦ ਕਰਦਾ ਸਾਰੀ ਗਾਡ ਵਾਲੀ ਪੰਚਾਇਤ ਦਾ, ਖਾਸ ਕਰਕੇ ਮੇਰੇ ਵੀਰ ਹਰਪਾਲ ਦਾ, ਜਿਨ੍ਹਾਂ ਨੇ ਮੇਰਾ ਸਾਰੇ ਰੂਪ ਦੇਖਿਆ ਜੀ, ਇਸ ਕਰਕੇ ਉਹਨੇ ਮੈਨੂੰ ਬੁਲਾਇਆ ਸੀ। ਮੇਰਾ ਪਿੰਡ ਮੌੜ ਮੰਡੀ ਤੋਂ ਪਰੰਪਰਾ ਸਿੰਘ ਰੋਡ 'ਤੇ ਪਿੰਡ ਹੈ ਤੁੱਤੀਵਾਲ ਥੰਮਣਗੜ੍ਹ, ਠੀਕ ਹੈ ਜੀ। ਮੈਂ ਆਪ ਇਸ ਨਸ਼ੇ ਦੀ ਦਲਦਲ 'ਚ 10 ਸਾਲ ਗਾਲੇ ਆ, ਪਰਚੇ ਵੀ ਕਰਾਏ ਆ। ਮੈਂ ਉੱਥੇ ਜਗ੍ਹਾ ਇੱਕ ਬਿਆਨ ਦਿੱਤਾ ਸੀ ਇਸ ਸੰਬੰਧ 'ਚ ਵੀ ਆਪਾਂ ਪੁਲਿਸ 'ਤੇ ਲਾਉਣ ਲੱਗੇ ਹਾਂ, ਰੋਸ ਵੀ ਪੁਲਿਸ ਰੁਕਾਉਂਦੀ ਹੈ। ਮੈਨੂੰ ਇੰਟਰਨੈਟ 'ਤੇ ਮੇਰਾ ਵਿਰੋਧ ਹੋਇਆ, ਮੈਨੂੰ ਕਹਿੰਦੇ ਤੂੰ ਪੁਲਿਸ ਦੀ ਬੋਲੀ ਬੋਲਦਾ, ਤੈਨੂੰ ਪੁਲਿਸ ਨੇ ਸਟਾ ਕੇ ਭੇਜਿਆ। ਉਹ ਮੈਂ ਕਿਹਾ ਪਹਿਲੀ ਗੱਲ ਤਾਂ ਸਪੋਂਸਰ ਹੋਣ ਵਾਲੀ ਗੱਲਾਂ ਤਾਂ ਦੂਰ ਗਈਆਂ, ਵੀ ਮੈਂ ਇਹ ਕਹਿਣਾ ਵੀ ਮੈਂ 500 ਰੁਪਇਆ ਕਦੇ ਪੁਲਿਸ ਵਾਲਿਆਂ ਨੂੰ ਨਹੀਂ ਦਿੱਤਾ, ਨਾ ਮੈਨੂੰ ਕਦੇ ਕਿਸੇ ਪੁਲਿਸ ਵਾਲੇ ਕਹੇ ਭੇਜ, ਨਾ ਮੈਨੂੰ ਕਿਸੇ ਕਿਸੇ ਕਦੇ ਪੁਲਿਸ ਵਾਲੇ ਕਿਹਾ। ਦਲਦਲ 'ਚ ਆ ਪਿਆ, ਹਰੇਕ ਬੰਦਾ ਜੋ ਨਸ਼ੇੜੀ ਹੋ ਜਾਂਦਾ ਉਹਦੀਆਂ ਮਜ਼ਬੂਰੀਆਂ ਬਣ ਜਾਂਦੀਆਂ ਨਸ਼ਾ ਵੇਚਣਾ। ਮੇਰੇ 'ਤੇ ਰੋਗ ਲੱਗੇ ਇੰਟਰਨੈਟ 'ਤੇ, ਮੈਨੂੰ ਕਹਿੰਦੇ ਇਹਨੇ ਬਾਹਰ ਜਾਣਾ ਪੁਲਿਸ ਵਾਲਾ ਆਮ ਕਰਕੇ। ਮੈਂ ਉੱਥੇ ਵੀ ਕਿਹਾ ਸੀ ਬੈਠੇ ਵਾਲੀ ਜਗ੍ਹਾ ਦੇ, ਇਹਨੂੰ ਪਤਾ 302 'ਚ ਮੈਂ ਜਵਾਬ ਦਿੱਤੇ ਬਈ ਸਜ਼ਾ ਜਾਤਾ ਕੈਦੀ ਆ, ਪਾਸਵਰਡ ਬਣ ਜੂ ਬਈ, ਸਜ਼ਾ ਜਾਤਾ ਪਾਸਵਰਡ ਬਣ ਜੂ। ਫਿਰ ਕਹਿੰਦੇ ਕੋਈ ਰਾਜਨੀਤੀ ਲੀਡਰ ਭਾਰਤੀ ਜੋ ਭਾਲਦਾ। ਉਹ ਮੈਂ ਕਿਹਾ ਰਾਜਨੀਤਿਕ ਲੀਡਰਾਂ ਦੀ ਕੀ ਗੱਲ ਕਰਨੀ ਆ, ਇਹਨਾਂ ਦਾ ਪੈਰ ਜਮੀ ਤਾਂ ਹੁੰਦੇ ਆ, ਇਹਨਾਂ ਨੇ ਮੇਰੇ ਵਰਗੇ ਨੂੰ ਸਟੇਜ 'ਤੇ ਸੱਦ ਤੇ ਸੱਦ ਕੇ ਆਪਦੀਆਂ ਵੋਟਾਂ ਕਢਾਉਣੀਆਂ, ਦੂਜੇ ਪਾਰਟੀਆਂ ਤੋਂ ਵੀ ਗੱਲ ਚੱਕ ਲੈਂਦੇ ਆ। ਮੈਂ ਕਿਹਾ ਗੱਲ ਹੀ ਨਹੀਂ ਕੋਈ। ਮੈਂ ਕਹਿਣਾ ਵੀ ਜਿਹੜੇ ਜ਼ਿੰਦਗੀ ਦੇ 10 ਸਾਲ ਮੈਂ ਗਾਲਿਆ ਵੀ ਹੋਰ ਨਾ ਗਾਲੇ ਕੋਈ। ਮੈਂ ਇਸ ਕਰਕੇ ਉਦੇ ਵੀ ਹੋਇਆ ਸੀ ਇਸ ਰੂਪ ਨੂੰ ਤੁਹਾਡੇ ਵੀ, ਪਹਿਲਾਂ ਮੈਂ ਕਾਲਿਆਂ ਵਾਲੀ ਐਸ ਐਚ ਓ ਸਾਹਿਬ ਨੂੰ ਕਹਿਣਾ, ਉਹ ਇਮਾਨਦਾਰ ਹੋਣਗੇ, ਬਹੁਤ ਧੰਨਵਾਦ ਆ ਜੀ। ਹਰਿਆਣੇ ਪੁਲਿਸ ਨੂੰ ਮੈਂ ਗੱਲ ਕਰਦਾ ਵੀ ਜਾਏ, ਮੈਂ ਕਹਿਣਾ ਵੀ ਸਿੱਖ ਜਾਊ ਮਾਰੀਆਂ ਦਾ ਰੋਲ ਆਈ ਜਾਂਦਾ, ਡਾਬਾ ਵਾਲੀ ਵਾਲੀ ਪੁਲਿਸ ਨੂੰ ਤੇ ਆਉਡਾ ਪੁਲਿਸ ਨੂੰ ਸਾਰਾ ਪਤਾ ਹੈ। ਆਉਡਾ ਤੋਂ ਚੁੰਮਾ ਹੁਣ ਪਿੰਡਾਂ ਦੇ ਨਾਂ ਜਾਣ ਲੱਗੇ, ਚੋਰ ਮਾਰ ਤੋਂ ਲੈ ਕੇ ਕਿੱਥੇ ਕਿੱਥੇ ਕਿਵੇਂ ਕਿਵੇਂ ਮਹੀਨਾ ਜਾਂਦਾ ਮੈਨੂੰ ਸਾਰਾ ਪਤਾ। ਐਂ ਨਾ ਕਿਉਂਕਿ ਆਪ ਕਿਸੇ ਨਾ ਲਿਆਉਂਦਾ ਰਿਹਾ ਉਹਨਾਂ ਤੋਂ, ਤਾਂ ਪਤਾ ਮੈਨੂੰ ਇਸ ਗੱਲ ਦਾ, ਠੀਕ ਹੈ ਜੀ। ਚੰਗੇ ਮਾੜੇ ਸਾਰੇ ਪੁਲਿਸ ਹੁੰਦੇ ਆ। ਦੂਜੀ ਗੱਲ ਮੈਂ ਨਹੀਂ ਕਹਿੰਦਾ ਵੀ ਪੰਜਾਬ 'ਚ ਨਸ਼ਾ ਬਹੁਤ ਜ਼ਿਆਦਾ ਆ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ, ਬਹੁਤ ਜ਼ਿਆਦਾ ਆ ਰਿਹਾ ਤੋਂ। ਪਰ ਪੰਜਾਬ 'ਚ ਗੱਲ ਮੈਂ ਕਹਿ ਸਕਦਾ ਮੇਰੇ ਆਪ ਦੇ ਤਜਰਬੇ ਤੌਰ 'ਤੇ, ਪੰਜਾਬ 'ਚ ਕੋਈ ਨਸ਼ੇ ਦਾ ਅੱਡਾ ਨਹੀਂ ਮਿਲਿਆ, ਚੱਲੀ ਸਾਰਾ ਕੁਝ ਜਾਂਦਾ ਅੱਡਾ ਮਾਤ ਸਮਝੋ। ਜਿਵੇਂ ਦੌਲੇ ਵਾਲਾ ਹੋਰ ਸੀ, ਉਹ ਸਾਰੇ ਪਿੰਡ ਅੰਦਰ ਅੰਦਰ ਹੋ ਗਏ, ਕੋਈ ਲਗਾ ਤੂੰ ਕੋਈ ਲੁਕ ਛੁੱਕੇ ਵਿੱਚ ਨਾ ਅੱਡਾ ਨਹੀਂ ਆ। ਹਰਿਆਣੇ 'ਚ ਅੱਡੇ ਆ, ਅੱਡੇ ਖੋਲੇ ਹੋਏ ਆ। ਪਹਿਲਾਂ ਉਹ ਭੀ ਭੁੱਕੀ ਵੇਚਦੇ ਸੀ, ਹੁਣ ਆਪਣੇ ਆਪ ਨੂੰ ਫਾਰਵਰਡ ਕਰ ਲਿਆ ਜੀ, ਆਪਾਂ ਅਪਗ੍ਰੇਡ ਕਰ ਲੈਂਦੇ ਹਾਂ, ਹੁਣ ਚਿੱਟੇ 'ਤੇ ਆ ਗਏ। ਹੁਣ ਅੱਗੇ ਸੌਖੇ ਆ ਜਾਂਦੇ ਤਾਂ ਥੋੜ੍ਹਾ ਜਿਹਾ ਹੋਣਾ ਕਿਹੜਾ ਪਤਾ ਲੱਗਦਾ। ਇਸ ਕਰਕੇ ਮੈਂ ਉੱਥੇ ਵੀ ਬਿਆਨ ਦਿੱਤਾ ਸੀ ਬਾਈ ਵੀ ਮੈਂ ਤਾਂ ਕਹਿਣਾ ਵੀ 10 ਸਾਲ ਮੈਂ ਗਾ ਲਿਆ ਵੀ ਹੋਰ ਕੋਈ ਨਾ ਗਾ ਲਿਆ। ਮਜ਼ਬੂਰੀ ਹੋ ਜਾਂਦੀ, ਕੋਈ ਚੋਰੀਆਂ ਕਰਨ ਲੱਗ ਜਾਂਦਾ, ਕੋਈ ਵੇਚਣ ਲੱਗ ਜਾਂਦਾ, ਠੀਕ ਹੈ ਜੀ। ਮੇਰੇ 'ਤੇ ਬਹੁਤ ਆਰੋਪ ਸੀਗੇ। ਮੈਂ ਤੁਹਾਨੂੰ ਕਹਿਣਾ ਜਿਹਨੂੰ ਸਟੇਜ 'ਤੇ ਆ SSP ਸਾਹਿਬ ਬੈਠੇ ਆ, ਪੂਰੀ ਇਮਾਨਦਾਰੀ ਨਾਲ 5 ਪਿਆਰਾਂ ਤੋਂ ਉਮਰ ਛਕਿਆ, ਜਿੱਥੇ ਵੀ ਕੋਈ ਇਨਕੁਆਇਰੀ ਕਰਾਉਣਾ ਚਾਹੁੰਦਾ ਵੀ ਮੈਂ ਕੀ ਕਮਾਇਆ ਕੀ ਬਣਾਇਆ, ਮੇਰੇ ਪਿੰਡ 2 ਪੰਚਾਇਤਾਂ ਉਹਨਾਂ ਦੇ ਆ ਕੇ ਪੁੱਛਾਂ ਗਿਆ। ਮੈਂ ਇਸ ਨਸ਼ੇ 'ਚ ਕਮਾਇਆ ਤਾਂ ਤੁਹਾਨੂੰ ਕੀ ਦੱਸਾਂ, 14 ਕਨਾਲਾਂ 15 ਮਰਲੇ ਜ਼ਮੀਨ, ਅਤੇ ਮੇਰਾ ਡੈਡੀ ਬਿਜਲੀ ਬੋਰਡ ਜੇਲ੍ਹ ਪੈ ਗਿਆ ਸੀ, ਅੱਧੀ ਉਹਨਾਂ ਦੀ ਪੈਨਸ਼ਨ ਖਰਾਬ ਕਰੀ ਹੈ। ਅਤੇ ਕੋਈ ਵੀ ਕੋਈ ਸਿੱਧ ਕਰਦੇ ਮੇਰੀ ਇੱਕ ਗੱਲ ਦਾ ਝੂਠ, ਮੈਨੂੰ ਜੋ ਛੁੱਟੀਆਂ ਸੁੱਟੀਆਂ ਅਤੇ ਸਿਰ ਮੇਰਾ। ਅਤੇ ਮੈਂ ਕਹਿਣਾ ਚਾਹੁੰਦਾ ਵੀ ਮਜ਼ਬੂਰੀ ਹੋ ਜਾਂਦੀ ਹੈ। ਦੂਸਰੀ ਗੱਲ, ਮੈਂ ਇੱਥੇ ਦੇਖ ਲਓ ਹੁਣ ਇੰਨੀ ਬੋਲਣ ਆਇਆ, ਮੈਨੂੰ ਪਤਾ ਕੀ ਰੋਕ ਲੱਗੇ, ਰੋਡ ਆਉਣ ਵਾਲਿਆਂ ਮੇਰੇ ਫੋਨ 'ਤੇ ਗੱਲ ਹੋਈ ਰਮਿੰਦਰ ਜੀ ਨੂੰ ਪਤਾ, ਉਹਨੂੰ ਭੇਜਿਆ ਸੀ, ਉਹ ਮੈਨੂੰ ਕਹਿੰਦਾ ਹਰਪ੍ਰੀਤ ਤੂੰ ਕਿੱਧਰ ਵੜ ਗਿਆ, ਰੋਡ ਆਉਣ ਵਾਲੇ ਫੋਨ ਲਾ ਲਿਆ ਸਿੱਧਾ ਹੋਇਆ। ਮੈਂ ਕਿਹਾ ਹਾਂਜੀ ਗੱਲ ਕੀ ਸੀ, ਮੈਨੂੰ ਪਤਾ ਕਹਿੰਦਾ ਕਹਿੰਦਾ ਤੂੰ ਕਿੱਧਰ ਵੜ ਗਿਆ, ਕਹਿੰਦਾ ਤੂੰ ਗੁਰਦੁਆਰੇ ਜਾ,
ਗੁਰਦੁਆਰੇ ਤੋਂ ਜਾਣਾ, ਮੈਨੂੰ ਪਤਾ ਗੁਰੂ ਸੰਸਥਾ ਕਰਿਆ ਗ੍ਰੰਥੀ ਸਿੰਘ ਆ ਉਹ ਕਰਦਾ ਕਿਆ ਕਿਤੇ ਪੈ ਗਿਆ। ਉਹ ਮੈਂ ਕਿਹਾ ਸੁਣ ਲਓ ਲੋਕਾਂ ਨੇ ਕੀ ਕਹਿੰਦਾ ਵੀ ਪਾਠ ਪੜ੍ਹਨਾ ਵਾਹਿਗੁਰੂ ਵਾਹਿਗੁਰੂ ਕਰਨਾ ਰੱਬ ਦਾ ਨਾਂ, ਇਹ ਤਾਂ ਮੈਂ ਸੌਖਾ ਹੀ ਕੰਮ ਹੈ। ਰੋਜ਼ ਆਪਾਂ ਰਹਿਦਾ ਸੱਚ ਪੜ੍ਹਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਬਾਣੀ ਆ, ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ, ਆਹ ਰੱਬ ਦਾ ਨਾਂ ਲੈਣ ਲੈ ਆਇਆ ਦੋ ਮਿੰਟ, ਇਹੀ ਰੱਬ ਦਾ ਨਾਂ, ਇਹੀ ਰੱਬ ਦਾ ਨਾਂ ਬੋਲਿਆ ਤੁਹਾਡੇ ਦੋ ਮਿੰਟ ਲੈਣਾ ਹੈ। ਛੱਡਣਾ ਕੋਈ ਵੱਡੀ ਗੱਲ ਨਹੀਂ, ਕੋਈ ਗੱਲ ਨਹੀਂ, ਬਸ ਫਿਰ ਆਪ ਥੋੜ੍ਹੀ ਜਿਹੀ ਆਪਦੇ ਮਨ ਦੀ ਪਾਰਵਾ ਆਪਣਾ ਪਾਪ ਥੋੜ੍ਹੀ ਜਿਹੀ ਲਿਆਉਣੀ ਪਊਗੀ। ਆਹ ਤੁਹਾਡੇ ਸਾਹਮਣੇ ਖੜਾ, ਕੋਈ ਦਵਾਈ ਨਹੀਂ ਲਈ, ਚਿੱਟਾ ਵੀ ਪੀਤਾ, ਬੈਕੇ ਵੀ ਬੈਕ ਟੀਕੇ ਵੀ ਲਵਾਏ ਆ, ਉਹ ਫੀਸ ਵੀ ਖਾਧੀ ਆ ਡੂਢ ਤੋੜਾ, ਹੁਣ ਵਿੱਚ ਬਜ਼ੁਰਗ ਕਹਿੰਦੇ ਹੁਣ ਫੀਸ ਵਾਲਾ ਚੱਠਾ ਟਿਕੇ ਵੀ ਦਊ, 10 ਸਾਲ ਖਾਧੀ ਆ, ਕੋਈ ਦੋ ਮਹੀਨੇ ਨਹੀਂ 2-3 ਮਹੀਨੇ ਜਿਹੜੇ ਜੇਲ੍ਹ ਜੋ ਦਾ ਬ੍ਰੇਕ ਰੂਮ ਹੈ ਉਹਨੂੰ ਛੱਡ ਕੇ ਉੱਥੇ ਗੋਲੀਆਂ ਖਾਧੀਆਂ, ਠੀਕ ਹੈ ਜੀ। ਅਤੇ ਇੱਕ ਬੋਤਲ ਸ਼ਰਾਬ ਦੀ 3 ਐਲਪ੍ਰੈਕਸ, ਉਹ ਬਾਈ ਬੈਠੇ ਆ ਤਕੜੇ, ਉਹਨੂੰ ਪਤਾ ਮੇਰੀ ਜ਼ਿੰਦਗੀ ਦਾ, ਅਤੇ ਕੋਈ ਦਵਾਈ ਨਹੀਂ ਲਈ, ਪਰਮਾਤਮਾ ਦੀ ਇਹੋ ਜਿਹੀ ਕਿਰਪਾ ਹੋਈ ਹੈ। ਮੇਰੇ ਤੇ ਦੋ ਸਾਲਾਂ ਵਾਲੇ ਮੈਨੂੰ ਕਹਿੰਦੇ ਤੂੰ ਹੋ ਗਿਆ ਬਰੀ, ਤੇਰੇ ਤੇ ਲੁਧਿਆਣੇ ਪਾਤਾ ਸੀ ਬੋਰਡਰ ਦਾ ਪਰਚਾ, ਉਦੋਂ ਕਦੋਂ ਪਿੱਟਦਾ ਸੀ ਉਹ, ਮੈਂ ਕਿਹਾ ਕੀ ਪਤਾ ਪਰਮਾਤਮਾ ਨੇ ਮੈਨੂੰ ਆਈ ਕਹਾਉਣ ਖਾਤਰ ਲਾਇਆ, ਜੇ ਮੈਂ ਬਈ ਪੈਦੀ ਹੋ ਜਾਂਦਾ ਮੇਰੀ ਗੱਲ 100-100 ਸਾਲ ਮੈਨੂੰ ਸਜ਼ਾ ਹੋ ਜਾਂਦੀ, ਲੁਧਿਆਣੇ ਮੈਂ ਜੇਲ੍ਹ 'ਚ ਹੁੰਦਾ, ਵੈਸੇ ਵੀ ਪਹਿਲਾਂ ਦੱਸ ਕਿਹਾ ਮੈਂ ਹਜੇ ਵੀ ਸਾਡੇ ਰਾਤ ਹਾਈ ਕੋਰਟ ਜਮਾਨਤ ਆ ਕਤਲ 'ਚ, ਜੇ ਮੈਨੂੰ 10 ਸਾਲ ਰਹਿ ਮੈਂ ਸਟੇਜ 'ਤੇ ਆ ਕੇ ਸਭ ਕਹਿੰਦਾ ਸਰ ਇੱਥੇ ਮੈਂ ਤੁਹਾਡੇ ਕੋਲ ਆਉਂਦਾ, ਇਹ ਪਰਮਾਤਮਾ ਦੇ ਰੰਗ ਆ ਜੀ। ਦੂਸਰੀ ਗੱਲ ਮੈਂ ਪਹਿਲਾਂ ਵੀ ਕਹਿਣਾ ਵੀ ਮੁਲਾਜ਼ਮਤ ਦਾ ਬੰਦਾ ਬਚ ਜਾਂਦਾ, ਚੱਲ ਕੋਈ ਗੱਲ ਨਹੀਂ, ਪਰ ਉੱਥੇ ਉਹ ਜਿਹੜਾ ਝਾਰਨਾ ਲਾਇਆ ਨਾ ਕੁਦਰਤ ਦਾ, ਆਪੇ ਕੰਡਾ ਤੋਲਦ ਰਾਜੀ ਆਪੇ ਤੋਲਣ ਹਾਰਾ, ਉਹ ਝਾਰਨਾ ਜਿਹੜਾ ਉਹ ਕੁਦਰਤ ਦਾ ਬਚ ਨਹੀਂ ਸਕਦਾ, ਠੀਕ ਹੈ ਜੀ। 3 ਸਾਲ ਹੋ ਗਏ ਹੁਣ ਪਰਮਾਤਮਾ ਦੀ ਕਿਰਪਾ ਨਾਲ ਆਪਦੀ ਨੀਂਦ ਸੌਂਦੇ ਆ, ਬਸ ਤੁਹਾਨੂੰ ਕੀ ਦੱਸ ਨਹੀਂ ਸਕਦਾ, ਉਸ ਜਿਹੜੀ ਮੇਰੀ ਮਨ ਦੀ ਸ਼ਾਂਤੀ ਆ ਕੋਈ ਪ੍ਰਗਟ ਨਹੀਂ ਕਰ ਸਕਦਾ। ਮੇਰੀ 6 ਤੋਂ 8 ਵਜੇ ਰੌਣ ਸੀ ਸਾਹਿਬ ਆਦੀ ਪਤਾ ਸੁਣਿਆ, ਉਹ ਮੈਂ ਅੱਗੇ ਪਿੱਛੇ ਕਰਕੇ ਇੱਥੇ ਸਪੈਸ਼ਲ ਬੋਲਣ ਖਾਤਰ ਆਇਆ, ਕੋਈ ਲੈਣ ਤਾਂ ਨਹੀਂ ਆਇਆ ਕਿਸੇ ਤੋਂ ਕੁਛ, ਨਾ ਮੈਨੂੰ ਕੋਈ ਕੋਈ ਦੇ ਦੂਗਾ, ਮੈਂ ਤੋਂ ਕਿਸੇ ਨੇ ਕੀ ਕਰਾਉਣਾ। ਅਰਵਿੰਦਰ ਜੀ ਪੁੱਛੋ ਕਿੰਨੇ ਵਾਰੀ ਫੋਨ ਦੇ, ਮੇਰੇ ਪੋਸਟਾਂ ਹੀ ਪੜ੍ਹਦੇ ਰਹਿੰਦੇ ਆ ਫੇਸਬੁੱਕ 'ਤੇ, ਮੈਂ ਬਹੁਤ ਪੋਸਟਾਂ ਲਿਖ ਕੇ ਪਾਉਂਦਾ ਰਹਿੰਦਾ, ਮੈਂ ਬਾਰ ਬਾਰ ਜੰਮ ਲੈਣਾ ਆ, 34 ਸਾਲ ਦੀ ਉਮਰ ਹੋ ਗਈ, ਮਾਰੀ ਜਾਂਦੇ ਦੁਗਰ ਤਾਂ ਹੋਰ ਹੁਣ ਵੀ ਮਰਸਾਂ ਕੀ ਪਤਾ, ਕਿਉਂਕਿ ਲੁੱਥ ਦਾ ਪਰਚਾ ਤਾਂ ਹੁਣ ਆ ਨਿੱਕੇ ਨੂੰ ਕਿ ਪਰਚਾ ਲੱਗੀ ਕਹਿਣਾ ਵੀ ਭਰਾ ਨੇ ਕੀ ਕਹਿੰਦਾ ਪੁਲਿਸ ਕੀ ਕਰ ਦਿੰਦੇ, ਪਰਚਾ ਤਾਂ ਉੱਥੇ ਬਹੁਤ ਵੱਡਾ ਬਣਿਆ, ਮਰਨ ਲਿਖਾਏ ਮੰਡਲ ਨੇ ਆਏ, ਪਰ ਚਲ ਉੱਥੇ ਬਣਿਆ, ਫੇਰ ਮਤਲਬ ਲੋਕ ਜਾਏ ਆ ਬਾਣੀ ਪੜ੍ਹੋ ਅਰਥ ਸਮਝ ਜੀ ਪਤਾ ਲੱਗਦਾ ਜ਼ਿੰਦਗੀ ਦਾ ਵੀ ਜ਼ਿੰਦਗੀ ਹੈ ਕੀ ਅਤੇ ਕਰਦੇ ਕੀ ਹੁੰਦੇ ਸੀ। ਅਤੇ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਜੋ ਵੀ ਬਿਆਨ ਮੈਂ ਦਿੱਤੇ ਆ ਆਪਦੇ ਪੂਰੇ ਜਮਾਂ ਸੱਚੇ ਦਿਲੋਂ ਦਿੰਦਾ ਕਿ ਇਹਦੇ ਵਿੱਚ ਕੋਈ ਕਿਸੇ ਤਾਂ ਮੈਨੂੰ ਕੋਈ ਮਤਲਬ ਨਹੀਂ, ਨਾ ਹੀ ਕੋਈ ਮੇਰਾ ਸਵਾਰਥ ਹੈ। ਫਿਰ ਪਿੰਡ ਜੀ ਵਰਗਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਾਣ ਕੇ ਕੋਈ ਸਬਦ ਕਹੇ ਨਹੀਂ ਸੱਚ ਕਹੇ ਬਿਨਾਂ ਰਿਹਾ ਨਹੀਂ ਜਾਂਦਾ, ਦੁਬਾਰੇ ਕੋਈ ਬੋਲਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।